ਡਿਵੈਲਪਰ ਟੈਬ ਨੂੰ ਦਿਖਾਉਣ ਲਈ ਹੇਠਾਂ ਲਿਖੇ ਪੜਾਅ ਹਨ। ਫਾਈਲ ਟੈਬ ਤੇ ਕਲਿੱਕ ਕਰੋ ਅਤੇ ਆਪਸ਼ਨ ਤੇ ਕਲਿੱਕ ਕਰੋ। ਐਕਸਲ ਆਪਸ਼ਨ ਡਾਇਲੋਗ ਬਾਕਸ ਨਜ਼ਰ ਆਵੇਗਾ। ਖੱਬੀ ਪੇਨ ਵਿੱਚ ਕਸਟਮਾਈਜ਼ ਰਿਬਨ ਤੇ ਕਲਿੱਕ ਕਰੋ ਅਤੇ ਹੁਣ ਡਾਇਲੋਗ ਬਾਕਸ ਦੇ ਸੱਜੇ ਪਾਸੇ ਮੇਨ ਟੈਬ ਦੇ ਹੇਠਾਂ ਡਿਵੈਲਪਰ ਚੈੱਕ ਬਾਕਸ ਨੂੰ ਸਿਲੈਕਟ ਕਰੋ। ਓਕੇ ਤੇ ਕਲਿੱਕ ਕਰੋ। ਹੋਮ ਰਿਬਨ ਵਿੱਚ ਡਿਵੈਲਪਰ ਟੈਬ ਨਜ਼ਰ ਆਵੇਗਾ। ਮਾਈਕਰੋ ਰਿਕਾਰਡ ਕਰਨਾ, ਮੈਕਰੋ ਨੂੰ ਰਿਕਾਰਡ ਕਰਨ ਲਈ ਹੇਠ ਲਿਖੇ ਪੜਾਅ ਹਨ। ਡਿਵੈਲਪਰ ਟੈਬ ਦੇ ਕੋਡ ਗਰੁੱਪ ਵਿੱਚ ਰਿਕਾਰਡ ਮੈਕਰੋ ਨੂੰ ਚੁਣੋ। ਰਿਕਾਰਡ ਮੈਕਰੋ ਡਾਇਲੋਗ ਬਾਕਸ ਨਜ਼ਰ ਆਵੇਗਾ। ਮੈਕਰੋ ਨੇਮ ਟੈਕਸਟ ਬਾਰ ਵਿੱਚ ਮੈਕਰੋ ਲਈ ਇੱਕ ਨਾਮ ਟਾਈਪ ਕਰੋ। ਮੈਕਰੋ ਦੇ ਨਾਮ ਵਿੱਚ ਪਹਿਲਾਂ ਕਰੈਕਟਰ ਇੱਕ ਅੱਖਰ ਹੋਣਾ ਚਾਹੀਦਾ ਹੈ ਅਤੇ ਨਾਮ ਵਿੱਚ ਸੈੱਲ ਰੈਫਰੈਂਸ ਜਾਂ ਖਾਲੀ ਥਾਂ ਨਹੀਂ ਹੋਣੀ ਚਾਹੀਦੀ। ਮੈਕਰੋ ਦਾ ਨਾਮ ਛੋਟੇ ਜਾਂ ਵੱਡੇ ਅੱਖਰਾਂ ਵਿੱਚ ਲਿਖਿਆ ਜਾ ਸਕਦਾ ਹੈ। ਸ਼ਾਰਟਕੱਟ ਕੀ ਅਸਾਈਨ ਕਰਨਾ, ਜੇਕਰ ਅਸੀਂ ਐਕਸਲ ਵਿੱਚ ਪਹਿਲਾਂ ਤੋਂ ਹੀ ਵਰਤੀ ਜਾਣ ਵਾਲੀ ਸ਼ਾਰਟਕੱਟ ਨੂੰ ਸਿਲੈਕਟ ਕਰਦੇ ਹਾਂ ਤਾਂ ਮੈਕਰੋ ਸ਼ਾਰਟਕੱਟ ਕੀ ਐਕਸਲ ਸ਼ਾਰਟਕੱਟ ਕੀ ਦੀ ਥਾਂ ਲੈ ਲੈਂਦੀ ਹੈ। ਸਟੋਰ ਮਾਈਕਰੋ ਡਰਾਪ ਡਾਊਨ ਲਿਸਟ ਵਿੱਚੋਂ ਮੈਕਰੋ ਨੂੰ ਸਟੋਰ ਕਰਨ ਲਈ ਥਾਂ ਨੂੰ ਸਿਲੈਕਟ ਕਰੋ। ਇਸ ਵਿੱਚ ਹੇਠਾਂ ਲਿਖੇ ਅਨੁਸਾਰ ਮੈਕਰੋ ਨੂੰ ਸਟੋਰ ਕੀਤਾ ਜਾ ਸਕਦਾ ਹੈ। ਮੌਜੂਦਾ ਵਰਕਬੁੱਕ, ਇਸ ਅਧੀਨ ਮੈਕਰੋ ਨੂੰ ਮੌਜੂਦਾ ਵਰਕਬੁੱਕ ਫਾਈਲ ਵਿੱਚ ਸੇਵ ਕੀਤਾ ਜਾਂਦਾ ਹੈ। ਨਵੀਂ ਵਰਕਬੁੱਕ, ਇਸ ਵਿਧੀ ਰਾਹੀਂ ਸਟੋਰ ਕੀਤੇ ਮੈਕਰੋ ਨੂੰ ਕਿਸੇ ਵੀ ਵਰਕਬੁੱਕ ਵਿੱਚ ਚਲਾਇਆ ਜਾ ਸਕਦਾ ਹੈ। ਪਰਸਨਲ ਮੈਕਰੋ ਵਰਕਬੁੱਕ, ਇਸ ਆਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਮੈਕਰੋ ਮੌਜੂਦਾ ਵਰਕਸ਼ੀਟ ਦੀ ਬਜਾਏ ਐਕਸਲ ਵਿੱਚ ਹਰ ਵਰਕਸ਼ੀਟ ਲਈ ਵਰਤਣਾ ਹੋਵੇ। ਚਿੱਤਰ ਵਿੱਚ ਦਿਖਾਏ ਅਨੁਸਾਰ ਡਿਸਕ੍ਰਿਪਸ਼ਨ ਟੈਕਸਟ ਬਾਕਸ ਵਿੱਚ ਮੈਕਰੋ ਦਾ ਵੇਰਵਾ ਲਿਖਿਆ ਜਾਂਦਾ ਹੈ। ਓਕੇ ਤੇ ਕਲਿੱਕ ਕਰੋ। ਇਸ ਉਪਰੰਤ ਡਿਵੈਲਪਰ ਟੈਬ ਦੇ ਉਸ ਉਪਲਬਧ ਰਿਕਾਰਡ ਮੈਕਰੋ ਆਪਸ਼ਨ ਸਟਾਪ ਰਿਕਾਰਡਿੰਗ ਵਿੱਚ ਬਦਲ ਜਾਂਦੀ ਹੈ। ਜਿਹੜੀ ਕਿਰਿਆਵਾਂ ਨੂੰ ਰਿਕਾਰਡ ਕਰਨਾ ਹੈ ਉਸਨੂੰ ਰਿਕਾਰਡ ਕਰੋ। ਮੈਕਰੋ ਰਿਕਾਰਡਿੰਗ ਦੌਰਾਨ ਮੈਕਰੋ ਐਕਸਲ ਵਿੱਚ ਕੀਤੀ ਗਈ ਹਰ ਇੱਕ ਕਿਰਿਆ ਨੂੰ ਰਿਕਾਰਡ ਕਰਦਾ ਹੈ, ਜਿਵੇਂ ਕਿ ਨਵੀਂ ਰੋ ਦਾਖਲ ਕਰਨਾ ਆਦਿ। ਡਿਵੈਲਪਰ ਟੈਬ ਤੇ ਕੋਡ ਗਰੁੱਪ ਵਿੱਚੋਂ ਸਟੋਪ ਰਿਕਾਰਡਿੰਗ ਨੂੰ ਬੰਦ ਕਰਨਾ ਸਿਲੈਕਟ ਕਰੋ। ਰਿਕਾਰਡਿੰਗ ਦੌਰਾਨ ਕਿਰਿਆਵਾਂ ਦੀ ਪੂਰਤੀ ਹੋਣ ਤੋਂ ਬਾਅਦ ਮਾਈਕਰੋ ਦੀ ਰਿਕਾਰਡਿੰਗ ਨੂੰ ਬੰਦ ਕੀਤਾ ਜਾਂਦਾ ਹੈ।